ਸਤਿ ਸ਼੍ਰੀ ਅਕਾਲ ਜੀ, ਹੈਪੀ ਸਮਾਚਾਰ ਦੇ ਵਿੱਚ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਅਤੇ ਸਭ ਤੋਂ ਪਹਿਲਾਂ ਹੈਪੀ ਵੱਲੋਂ ਸਾਰਿਆਂ ਨੂੰ ਹੰਕਾਰ ਭਰੀ ਸਤਿ ਸ਼੍ਰੀ ਅਕਾਲ, ਸੋਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹੈਪੀ ਸਮਾਚਾਰ ਦੇ ਵਿੱਚ ਤੁਹਾਨੂੰ ਐਂਟਰਟੇਨਮੈਂਟ ਦੀਆਂ ਪੋਲੀਟੀਕਲ ਅਤੇ ਖੇਡਾਂ ਦੀਆਂ ਖਬਰਾਂ ਸੁਣਨ ਨੂੰ ਅਤੇ ਦੇਖਣ ਨੂੰ ਮਿਲਣਗੀਆਂ। ਸੋ ਸਭ ਤੋਂ ਪਹਿਲਾਂ ਅੱਜ ਦੀਆਂ ਮਹੱਤਵਪੂਰਨ ਇੰਪੋਰਟੈਂਟ ਵਿਸ਼ੇਸ਼ ਖਾਸਮ ਖਾਸ ਖਬਰਾਂ ਵੱਲ ਆਪਾਂ ਰੁੱਖ ਕਰਦੇ ਹਾਂ। ਰੁੱਖ ਇਸ ਕਰਕੇ ਕਰਦੇ ਹਾਂ ਕਿਉਂਕਿ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਅਤੇ ਜੇ ਆਕਸੀਜਨ ਨਹੀਂ ਮਿਲੂਗੀ ਤਾਂ ਖਬਰਾਂ ਦੇਣ ਵਾਲਾ ਵੀ ਨਹੀਂ ਜਿੰਦਾ ਰਹਿਣਾ ਅਤੇ ਖਬਰਾਂ ਸੁਣਨ ਵਾਲੀ ਵੀ ਨਹੀਂ ਜਿੰਦਾ ਰਹਿਣੀ। ਸੋ ਸਭ ਤੋਂ ਪਹਿਲਾਂ ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਝਾਤੀ ਮਾਰਦੇ ਹਾਂ। ਸਭ ਤੋਂ ਪਹਿਲੀ ਖਬਰ ਹੈ ਜੀ, ਸਾਡੇ ਬਾਦਸ਼ਾਹ ਭਾਈ ਦਾ ਗਾਣਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ। ਸਈਆਂ ਨੇ ਮੁਝੇ ਐਸੇ ਦੇਖਾ ਮੈਂ ਵਾਟਰ ਵਾਟਰ ਹੋ ਗਈ, ਯਾਨੀ ਕਿ ਪਾਣੀ ਪਾਣੀ ਹੋ ਗਈ, ਅਤੇ ਇਹਦਾ ਸਟੈਪ ਵੀ ਬੜਾ ਫੇਮਸ ਹੈ ਇਸ ਤਰ੍ਹਾਂ ਕਰਕੇ। ਸੋ ਮੈਨੂੰ ਲੱਗਦਾ ਇਸ ਦੇ ਵਿੱਚ ਪਾਣੀ ਦੀਆਂ ਲਹਿਰਾਂ ਨੂੰ ਪੇਸ਼ ਕੀਤਾ ਜਾ ਰਿਹਾ, ਕੋਈ ਚੱਕਰ ਨਹੀਂ। ਸੋ ਇਸ ਗਾਣੇ ਦੀ ਆਉਣ ਤੋਂ ਬਾਅਦ ਕਾਫੀ ਮੱਲੇ ਵਾਲਿਆਂ ਦੀ ਸਈਆਂ ਨੂੰ ਬੇਨਤੀ ਆ ਰਹੀ ਹੈ ਕਿ ਉਹ ਸਾਡੀਆਂ ਮੱਲੇ ਦੀਆਂ ਟੂਟੀਆਂ ਵੱਲ ਵੀ ਝਾਤੀ ਮਾਰਨ, ਕਿਉਂਕਿ ਕਾਫੀ ਦਿਨ ਦਾ ਉਹਨਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ, ਤਾਂ ਕਿ ਸਈਆਂ ਉਹਨਾਂ ਵੱਲ ਝਾਤੀ ਮਾਰੇ ਅਤੇ ਉਹ ਵੀ ਪਾਣੀ ਪਾਣੀ ਹੋ ਜਾਣ। ਅਤੇ ਖਾਸ ਤੌਰ 'ਤੇ ਇਹ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਸਈਆਂ ਨੂੰ ਭਾਖੜਾ ਡੈਮ ਤੋਂ ਦੂਰ ਰੱਖਿਆ ਜਾਵੇ, ਕਿਉਂਕਿ ਭਾਖੜਾ ਡੈਮ 'ਚ ਆਲਰੇਡੀ ਪਾਣੀ ਪਾਣੀ ਹੈ। ਸੋ ਸਈਆਂ ਉੱਥੇ ਚਲਾ ਗਿਆ, ਉਹਨੇ ਝਾਤੀ ਮਾਰ ਲਈ, ਹੋਰ ਪਾਣੀ ਪਾਣੀ ਹੋ ਜਾਣਾ, ਅਤੇ ਨਾਲ ਦੇ ਪਿੰਡਾਂ ਵਿੱਚ ਫਿਰ ਪਾਣੀ 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 ਹੋ ਜਾਣਾ। ਅਤੇ ਇਸ ਤੋਂ ਮੈਨੂੰ ਗਾਣਾ ਯਾਦ ਆ ਗਿਆ, ਨਹੀਂ ਮੈਂ ਪਾਣੀ ਭਰੀ ਦੀਆਂ, ਕੋਈ ਚੱਕਰ ਨਹੀਂ। ਸੋ ਅਗਲੀ ਖਬਰ ਵੱਲ ਚੱਲਦੇ ਹਾਂ। ਅਗਲੀ ਖਬਰ ਹੈ ਸਾਡੇ ਸੁਪਰ ਸਟਾਰ ਦਲਜੀਤ ਦੋਸਾਂਝ ਭਾਜੀ ਦੀ। ਸੋ ਉਹਨਾਂ ਦੀ ਐਲਬਮ ਆਈ ਹੈ ਮੂਨ ਚਾਈਲਡ ਏਰਾ। ਸੋ ਪਹਿਲਾਂ ਮੈਨੂੰ ਕਨਫਿਊਜ਼ਨ ਬੜੀ ਸੀ, ਮੂਨ ਚਾਈਲਡ ਚੰਦ ਦਾ ਬੱਚਾ ਜਿਹਦਾ ਨਾਮ ਹੈ ਏਰਾ। ਸੋ ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਮੂਨ ਚਾਈਲਡ ਏਰਾ ਦਾ ਮਤਲਬ ਹੈ ਚਾਂਦਨੀ ਯੁੱਗ। ਸੋ ਇਸਦਾ ਬੜਾ ਕਮਾਲ ਦਾ ਗਾਣਾ ਫੇਮਸ ਹੋ ਰਿਹਾ ਦੋਸਤੋ, ਵਾਈਬ ਤੇਰੀ ਮੇਰੀ ਮਿਲਦੀ ਹੈ। ਸੋ ਮੇਰਾ ਕਮਾਲ ਦੇ ਭੰਗੜੇ ਪੈ ਰਹੇ ਆ, ਵਾਈਬ ਤੇਰੀ ਮੇਰੀ ਮਿਲਦੀ ਹੈ, ਦਲਜੀਤ ਦੋਸਾਂਝ ਭਾਜੀ ਕਮਾਲ ਦਾ ਇੰਜੋਏ ਕਰ ਰਿਹਾ ਗਾਣੇ ਦੇ ਵਿੱਚ। ਸੋ ਇਸ ਗਾਣੇ ਕਰਕੇ ਮੇਰੇ ਯਾਰ ਦੋਸਤ ਦੇ ਕੱਲ੍ਹ ਮੱਲੇ ਦੇ ਵਿੱਚ ਕੁੱਟ ਪੈ ਗਈ, ਕਿਉਂਕਿ ਉਹਨੂੰ ਲਿਰਿਕਸ ਯਾਦ ਨਹੀਂ ਸੀ। ਗਾਣੇ ਦੇ ਲਿਰਿਕਸ ਸੀ ਵਾਈਬ ਤੇਰੀ ਮੇਰੀ ਮਿਲਦੀ ਹੈ, ਅਤੇ ਉਹ ਮੱਲੇ ਦੇ ਵਿੱਚ ਉੱਚੀ ਉੱਚੀ ਗਾ ਰਿਹਾ ਸੀ ਵਾਈਫ ਤੇਰੀ ਮੇਰੀ ਮਿਲਦੀ ਹੈ। ਸੋ ਜਦੋਂ ਦਾ ਉਹਨੇ ਗਾਣਾ ਗਾਇਆ ਵਾਈਫ ਤੇਰੀ ਮੇਰੀ ਮਿਲਦੀ ਹੈ, ਸੋ ਮੇਰਾ ਯਾਰ ਦੋਸਤ ਮਿਲ ਨਹੀਂ ਰਿਹਾ। ਸੋ ਅਗਰ ਉਸਦੀ ਕੋਈ ਖਬਰ ਦੇਗਾ, ਸੋ ਉਹਨੂੰ ਪੂਰਾ 5,000 ਰੁਪਏ ਦਾ ਫਾਈਨ ਲੱਗੇਗਾ, ਕਿਉਂਕਿ ਉਹਦੀ ਗਲਤੀ ਸੀ, ਉਹਨੂੰ ਨਹੀਂ ਮਿਲਣਾ ਚਾਹੀਦਾ। ਸੋ ਇਸ ਕਰਕੇ ਪਤਾ ਨਾ ਦਿਓ, ਨਹੀਂ ਤਾਂ 5,000 ਫਾਈਨ ਲਗਾ ਦਿੱਤਾ ਜਾਏਗਾ। ਸੋ ਅਗਲੀ ਖਬਰ ਵੱਲ ਆਪਾਂ ਫਿਰ ਰੁੱਖ ਕਰਦੇ ਹਾਂ। ਅਮਰਿੰਦਰ ਗਿੱਲ ਭਾਜੀ ਦੀ ਫਿਲਮ ਚੱਲ ਮੇਰਾ ਪੁੱਤ 2 ਲੋਕਡਾਊਨ ਤੋਂ ਬਾਅਦ ਫਿਰ ਲੱਗੀ। ਸੋ ਮੈਂ ਕਹਿੰਦਾ ਚੱਲ ਮੇਰਾ ਪੁੱਤ ਨੂੰ ਇੰਨਾ ਪਿਆਰ ਮਿਲਿਆ, ਚੱਲ ਮੇਰਾ ਪੁੱਤ 2 ਨੂੰ ਇੰਨਾ ਪਿਆਰ ਮਿਲਿਆ। ਸੋ ਮੈਂ ਕਹਿੰਦਾ ਇੰਨੀ ਜ਼ਿਆਦਾ ਸੁਪਰ ਡੁਪਰ ਹਿੱਟ ਜਾ ਰਹੀ ਹੈ ਫਿਲਮ। ਕੱਲ੍ਹ ਹੀ ਮੈਂ ਮੌਲ ਦੇ ਵਿੱਚ ਕਾਊਂਟਰ 'ਤੇ ਜਾ ਕੇ ਜਦੋਂ ਮੈਂ ਕਿਹਾ ਕਿ ਚੱਲ ਮੇਰਾ ਪੁੱਤ ਦੀ 2 ਦੀ ਟਿਕਟ ਮਿਲੇਗੀ, ਤਾਂ ਉਹਨਾਂ ਨੇ ਵੀ ਮੈਨੂੰ ਕਿਹਾ ਚੱਲ ਮੇਰਾ ਪੁੱਤ ਹੈ ਨਹੀਂ ਟਿਕਟ ਹਾਊਸਫੁੱਲ ਹੋ ਚੁੱਕਿਆ, ਕੋਈ ਚੱਕਰ ਨਹੀਂ। ਸੋ ਹੁਣ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ। ਅਮਰਿੰਦਰ ਗਿੱਲ ਜੀ ਦੀ ਐਲਬਮ ਜੁਦਾ 3। ਮੈਂ ਕਹਿੰਦਾ ਬੱਚਿਆਂ ਨੂੰ ਇੰਨੇ ਪੇਪਰਾਂ ਦੇ ਰਿਜ਼ਲਟ ਦੀ ਉਡੀਕ ਨਹੀਂ ਹੁੰਦੀ ਜਿੰਨਾ ਸਾਰੇ ਪੰਜਾਬ ਨੂੰ ਜੁਦਾ 3 ਐਲਬਮ ਦੀ ਉਡੀਕ ਸੀ। ਸੋ ਫਾਈਨਲੀ ਇਹ ਐਲਬਮ ਰਿਲੀਜ਼ ਹੋ ਚੁੱਕੀ ਹੈ। ਸੋ ਇਸ ਐਲਬਮ ਦੇ ਲੇਟ ਹੋਣ ਦਾ ਮੁੱਖ ਕਾਰਨ ਡਾਕਟਰ ਜੂਸ ਨੂੰ ਦੱਸਿਆ ਜਾ ਰਿਹਾ, ਕਿਉਂਕਿ ਡਾਕਟਰ ਜੂਸ ਨੇ ਇਸ ਪੂਰੀ ਐਲਬਮ ਦੇ ਵਿੱਚ ਮਿਊਜ਼ਿਕ ਦਿੱਤਾ। ਸੋ ਡਾਕਟਰ ਹੋਣ ਦੇ ਨਾਤੇ ਕਈ ਵਾਰ ਉਹਨਾਂ ਨੂੰ ਸਰਜਰੀਆਂ ਸੁਰਜਰੀਆਂ ਲਈ ਜਾਣਾ ਪੈਂਦਾ ਸੀ, ਇਸ ਕਰਕੇ ਇਹ ਐਲਬਮ ਲੇਟ ਹੋ ਗਈ। ਸੋ ਸੋਰੀ ਡਾਕਟਰ ਜੂਸ ਭਾਜੀ, ਤੁਹਾਨੂੰ ਬਹੁਤ ਸਾਰਾ ਪਿਆਰ, ਲਵ ਯੂ। ਅਮਰਿੰਦਰ ਗਿੱਲ ਭਾਜੀ ਨੂੰ ਵੀ ਬਹੁਤ ਸਾਰਾ ਲਵ ਯੂ ਹੈ। ਸੋ ਦੋਸਤੋ ਅਗਲੀ ਖਬਰ ਉਹ ਬੜੀ ਗੰਭੀਰ ਹੈ। ਸੋ ਪੈਟਰੋਲ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ, ਇੰਨਾ ਜ਼ਿਆਦਾ ਮਹਿੰਗਾ ਹੋ ਗਿਆ, ਇੰਨਾ ਜ਼ਿਆਦਾ ਮਹਿੰਗਾ ਹੋ ਗਿਆ, ਇਹ ਜ਼ਿਆਦਾ ਹੋ ਗਿਆ, ਇੰਨਾ ਜ਼ਿਆਦਾ ਮਹਿੰਗਾ ਹੋ ਗਿਆ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਂਕ ਵਾਲੇ ਪੈਟਰੋਲ ਪੰਪ 'ਤੇ ਬੈਠਿਆ ਕਰਨਗੇ ਕਿ 1 ਲੀਟਰ ਪੈਟਰੋਲ ਲੈਣ ਦੇ ਲਈ ਲੋਨ ਅਪਲਾਈ ਕਰੋ। ਸੋ ਪਹਿਲਾਂ 50 ਰੁਪਏ ਦੇ ਵਿੱਚ 1 ਲੀਟਰ ਪੈਟਰੋਲ ਆਉਂਦਾ ਸੀ, 100 ਰੁਪਏ ਦੇ ਵਿੱਚ 2 ਲੀਟਰ ਪੈਟਰੋਲ ਪੈ ਜਾਂਦਾ ਸੀ, ਪਰ ਹੁਣ 100 ਰੁਪਏ ਦੇ ਵਿੱਚ ਪੂਰਾ 1 ਲੀਟਰ ਪੈਟਰੋਲ ਵੀ ਨਹੀਂ ਪੈਂਦਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਇੰਨਾ ਜ਼ਿਆਦਾ ਪੈਟਰੋਲ ਮਹਿੰਗਾ ਹੋ ਜਾਣਾ ਕਿ 100 ਰੁਪਏ ਦੇ ਵਿੱਚ ਇੰਨਾ ਕੁ ਪੈਟਰੋਲ ਪਿਆ ਕਰਨਾ ਕਿ ਪੈਟਰੋਲ ਪੰਪ ਤੋਂ ਬਾਹਰ ਨਿਕਲਣ ਸਾਰ ਪੈਟਰੋਲ ਖਤਮ ਹੋ ਜਾ ਕਰਨਾ, ਅਤੇ ਉਸ ਤੋਂ ਬਾਅਦ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲਾਂ ਨੂੰ ਲੋਕ ਧੱਕਾ ਲਾ ਲਾ ਕੇ ਕੰਮ 'ਤੇ ਜਾਇਆ ਕਰਨਗੇ। ਸੋ ਮੈਨੂੰ ਗਾਣਾ ਚੇਤੇ ਆ ਗਿਆ, ਪਹਿਲਾਂ ਜਿਵੇਂ ਗਾਣਾ ਆਇਆ ਸੀ ਕਿ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਛੱਡ ਦੇਣਾ, ਅਤੇ ਅੱਜ ਕੱਲ੍ਹ ਲੋਕ ਗਾ ਰਹੇ ਨੇ ਪੈਟਰੋਲ ਹੋ ਗਿਆ ਮਹਿੰਗਾ, ਮੋਟਰਸਾਈਕਲ ਚਲਾਉਣਾ ਛੱਡ ਦੇਣਾ। ਸੋ ਅਗਲੀ ਜਿਹੜੀ ਖਬਰ ਹੈ ਉਹ ਹੈ ਖੇਡਾਂ ਨਾਲ ਸੰਬੰਧਿਤ। ਸੋ ਪਹਿਲਾ ਟੈਸਟ ਮੈਚ ਇੰਡੀਆ ਦਾ ਇੰਗਲੈਂਡ ਦੇ ਨਾਲ ਡਰਾ ਹੋ ਗਿਆ ਸੀ, ਜਿਸ ਤਰ੍ਹਾਂ ਦੂਸਰਾ ਮੈਚ ਇੰਡੀਆ ਨੇ ਜਿੱਤਿਆ, ਇੰਗਲੈਂਡ ਨੂੰ ਹਰਾਇਆ, ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਦੁੱਗਣਾ ਲਗਾਨ ਮਾਫ ਹੋ ਜਾਏਗਾ। ਸੋ ਤੀਸਰਾ ਟੈਸਟ ਜਿਸ ਤਰ੍ਹਾਂ ਇੰਡੀਆ ਹਾਰਿਆ, ਸੋ ਲੋਕਾਂ ਨੂੰ ਡਰ ਪੈ ਗਿਆ ਕਿ ਹੁਣ 3 ਗੁਣਾ ਲਗਾਨ ਦੇਣਾ ਪਏਗਾ। ਸੋ ਹੁਣ ਲੋਕਾਂ ਨੂੰ ਇਸ ਦਾ ਵੀ ਡਰ ਹੈ ਕਿ ਚੌਥਾ ਅਤੇ 5ਵਾਂ ਮੈਚ ਅਗਰ ਇੰਡੀਆ ਹਾਰ ਗਈ ਤਾਂ 4 ਗੁਣਾ ਅਤੇ 5 ਗੁਣਾ ਲਗਾਨ ਦੇਣਾ ਪੈ ਸਕਦਾ। ਸੋ ਕੁਝ ਲੋਕਾਂ ਨੇ ਡਰ ਦੇ ਮਾਰੇ ਆਪਣੇ ਰਾਸ਼ਨ ਕਾਰਡ ਵੀ ਪਾੜ ਦਿੱਤੇ ਨੇ। ਸੋ ਇਹ ਮੇਰਾ ਰਾਸ਼ਨ ਕਾਰਡ ਨਹੀਂ, ਇਹ ਤਾਂ ਇਹਦੀਆਂ ਖਬਰਾਂ ਸੀ, ਕੋਈ ਚੱਕਰ ਨਹੀਂ, ਰਾਸ਼ਨ ਕਾਰਡ ਨਾ ਪਾੜਿਓ। ਅਤੇ ਖਬਰਾਂ ਕਿੱਦਾਂ ਲੱਗੀਆਂ ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਸੋ ਦੋਸਤੋ ਹੈਪੀ ਸਮਾਚਾਰ ਦੀਆਂ ਖਬਰਾਂ ਤੁਹਾਨੂੰ ਐਵਰੀ 1 ਦਿਨ ਛੱਡ ਕੇ ਦੇਖਣ ਨੂੰ ਸੁਣਨ ਨੂੰ ਮਿਲ ਗਈਆਂ। ਸੋ ਅਗਰ ਹੈਪੀ ਸਮਾਚਾਰ ਦੀਆਂ ਖਬਰਾਂ ਤੁਹਾਨੂੰ ਪਸੰਦ ਆਈਆਂ ਤਾਂ ਵੱਧ ਤੋਂ ਵੱਧ ਲਾਈਕ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਕਮੈਂਟ ਕਰੋ, ਅਤੇ ਅਗਲੀ ਵਾਰ ਮਿਲਦੇ ਹਾਂ ਨਵੀਆਂ ਖਬਰਾਂ ਦੇ ਨਾਲ। ਹੁਣ ਦਿਓ